सोचते हैं शुआ तो बगैर यो मर जूगा बिकी जल्द गाने मेरी कौन पिच कर जूगा ना ना मेरे लिए कोई बड़ी सत श्री अकाल जी मैं थोड़ा लखविंदर सिंह जी आज मेरे चैनल तेरा मेरे चैनल सबसक्राइब कर लो लाइक का बटन दबा दो ताज वीडियो आने वाली नाइन नवी नोटिफिकेशन आज तक पाँद रहे। सो अज जी असी वीडियो लेके आए हाँ वो है गोपी लौंकिया वीर जी का फिर नवा सौग आ गया हफ्ते एक एक हफ्ते तीन तीन सौग क्ढे जा रहे हैं गोपी बाई वालों। तो यार सौग भी एवें कह लिए तीर तुक्का नहीं तत्तों वाले कुछ सिखाने वाले सौग तो सौग का नाम है मेरे बारे देखना करते हैं कि सौग होना करता है ना रिएक्शन करते आओ देखना करिए। ਤੁਸੀਂ ਲੌਂਗੀਏ ਦੇ ਬਾਰੇ ਜਾਣਨਾ ਚਾਹੋਗੇ ਤੁਸੀਂ ਲੌਂਗੀਏ ਦੇ ਬਾਰੇ ਜਾਣਨਾ ਚਾਹੋਗੇ ਲੋ ਸੁਣੋ ਲੋ ਸੁਣੋ ਫਿਰ ਉਹ ਲੌਂਗੀਏ ਬਾਰੇ मेरे बारे जाने दुनिया मैं कौन कित्थों आया की मेरा एम ते मैं की नमा लेके आया किन्ने मुंडे कर देने मेरे बांग रैप पर सच दी किताब ना होर कोई भूल पाया मेरे नाल थोड़ा लाउंदे सोच तो जो हैंडीकैप रनआउट गाउंदे सारे पढ़ दे आ मेरी बैक सिसनु मैं सिस के आ मानु मैं मा के आ फिर भी को मेरे करदारी उत्ते छिटा पे आ दसो मिनू मैथों तो मांगता जवाब जाक जारी थोड़ी झूठी जावे झूठा थोड़ा राज जिथे कदे भी नहीं होना मेरे नाराई ने सब मैं ते पहले ही नहीं रखी थोड़े कोल कोई आस तुसी देखे आनी मुंडा आए हो कितों किथे आया इने किन्ने आदे घरां विच दीवे नू जगाया जे कोई आस लेके आया मैंने मोड़े आनी खाली मेरे जली होने छू पर दिल नहीं जली मैं ते टूटे आ दिलां नू सदा मोटिवेट कीता तुसी बदले च तोहफा मैनू हेड़दा ही दिता उहने उन्ना जज कीता जिहनू जिन्नी सीगी लोड़ पहलां चलिया पर धक्के फिर चलिया मखौल उदो लगदा आ दुख जदो मेरे शहर शो हुंदा सदे उत्ते सारे हुंदे सदे आदी मैं हुंदा खुद नाल बैठा फे मैं करदा सवाल शायद मेरे विच कमी कोई होनी मेरे यार बंदा गलती सुधारे जे ओनू पता होवे पता नहीं ओ मैनू एक आदी मैनू सजा मिले मेरे नाल हुंदी आई शुरू तो ही माड़ी मैनू डुबदे नू देख मारी किन्नेयां ने ताड़ी आपां गोडियां दा जोर लैके गेम पलटाई हुण क्यों थोड़ी अख मेरी तोरी उत्ते आई तुसीं सोचदे आ शुआ तो बगैर यो मर जूगा बिकी जांदे गाने मेरी कौन पिट कर जूगा ना ना मेरे लिए कोई बड़ी नहीं गल जक्का दुखी ना हराउण दे मैं जानदा आ डंग दूजी गल मेरे बोल तुसीं हलके ना लेना इस साल मैं राज मेरा कैम कर लेना जिदा समुंदर दी नाप नहीं हुंदी गहराई एदा डूंगे मेरे बोल दिंदी धरती गवाही ਸ਼ਾਨੀ ਉਹ ਲੋ
ਲੌਂਗੀ ਇਹਦੀ ਬੇਟੀ ਸਾਂਭੂ ਰੈਪ ਦੀ ਕਮਾਂਡ ਬਾਰੇ ਜਾਣੇ ਦੁਨੀਆ ਮਚਾਉਂਦਾ ਹੈ ਮੇਰੇ ਬਾਰੇ ਜਾਣੇ ਦੁਨੀਆ ਯਾਰ ਵੈਰੀ ਨਾਈਸ ਕੀ ਬਾਤ ਮੇਰੇ ਬਾਰੇ ਜਾਣੇ ਦੁਨੀਆ ਮਚਾਉਂਦਾ ਹੈ ਮੇਰੇ ਬਾਰੇ ਜਾਣੇ ਦੁਨੀਆ ਟਰਬਨ ਬੀਟ ਸ਼ਿਫਤੀ ਬੰਦੇ ਨੂੰ ਜੱਜ ਨਾ ਕਰਿਆ ਕਰੋ ਥੋੜਾ ਟਾਈਮ ਤਾਂ ਦਿਆ ਕਰੋ ਆਪਣੇ ਆਪ ਨੂੰ ਪ੍ਰੂਫ ਕਰਦਾ ਲੌਂਗੀਆ ਇਹ ਸੀ ਜੀ ਬਾਈ ਦਾ ਸੌਂਗ ਅਤੇ ਸੱਚੀ ਯਾਰ ਐਂਡਲੈਸ ਬਹੁਤ ਬਾਈ ਨੇ ਐਂਡ ਕਰਵਾਈ ਹੋਈ ਯਾਰ ਸੱਚੀ ਆਪਣੇ ਬਾਰੇ ਦੱਸਿਆ ਸਟਰਗਲ ਕਿਉਂਕਿ ਦੇਖੋ ਹੁਣ ਭਾਵੇਂ ਕੋਈ ਵੀ ਛੋਟੇ ਫੀਲਡ ਤੋਂ ਜਿਵੇਂ ਕਹਿ ਲਈਏ ਸਿੱਧੂ ਮੂਸੇਵਾਲਾ ਉੱਠਿਆ ਸੀ ਬੜਿਆਂ ਨੇ ਉਹਦੀ ਕਹਿ ਲਈਏ ਤਰੱਕੀ ਦੇਖੀ ਸਭ ਕੁਝ ਦੇਖਿਆ ਪਰ ਉਹਦੀ ਸਟਰਗਲ ਨਹੀਂ ਦੇਖੀ ਇਸੇ ਤਰੀਕੇ ਨਾਲ ਗੋਪੀ ਬਾਈ ਕਹਿੰਦਾ ਕਿ ਜੇ ਮੇਰੇ ਬਾਰੇ ਪੁੱਛਣਾ ਮੇਰੇ ਪਿੰਡ 'ਚ ਜਾ ਕੇ ਪੁੱਛਿਓ ਕਿੱਥੋਂ ਦਿਹਾੜੀਆਂ ਕਰਕੇ ਕਮੈਂਟਾਂ ਦੇ ਵਿੱਚ ਆਉਂਦਾ ਬੰਦਾ ਉੱਠਿਆ ਅਤੇ ਅੱਜ ਕਿਹੜੇ ਮੁਕਾਮ 'ਤੇ ਪਹੁੰਚਿਆ ਅਤੇ ਟੂਪਾਕ ਨੂੰ ਸੱਚੀ ਬਾਈ ਫੋਲੋ ਕਰਦਾ ਯਾਰ ਅਤੇ ਗੱਲ ਉਹ ਹੈ ਫਿਰ ਉੱਥੋਂ ਦੀ ਕਮਿਊਨਿਟੀ ਦੀ ਕਟੂਪਾਕ ਵੀ ਉਹੀ ਸੀ ਜਿਹੜਾ ਆਪਣੀ ਕਮਿਊਨਿਟੀ ਨਾਲ ਜੋੜ ਕੇ ਅਤੇ ਆਪਣੀ ਕਮਿਊਨਿਟੀ ਦੇ ਵਿੱਚ ਸਾਰਿਆਂ ਨੂੰ ਅੱਗੇ ਵਧਾਉਣਾ ਚਾਹੁੰਦਾ ਸੀ ਉਸੇ ਤਰੀਕੇ ਦੇ ਨਾਲ ਅੱਜ ਬਾਈ ਗੋਪੀ ਬਾਈ ਕਰਦੇ ਆ ਸੱਚੀ ਯਾਰ ਗਾਣੇ 'ਤੇ ਗਾਣਾ ਸੁੱਟ ਰਿਹਾ ਕਹਿ ਲਈਏ ਕਿ ਹਫ਼ਤੇ ਦੇ ਵਿੱਚ 3 ਗਾਣੇ ਆ ਗਏ ਹੋਏ ਨੇ ਯਾਰ ਇੱਕ ਹਫ਼ਤੇ ਦੇ ਵਿੱਚ ਛੋਟੀ ਮੋਟੀ ਗੱਲ ਨਹੀਂ ਹੁੰਦੀ ਯਾਰ ਲਿਖਣਾ ਬਾਕੀ ਯਾਰ ਗੋਪੀ ਵੀਰ ਨੇ ਜੋ ਰਿਐਲਿਟੀ ਦੱਸੀ ਹੋਈ ਹੈ ਯਾਰ ਇਸ ਸੌਂਗ ਦੇ ਵਿੱਚ ਸੱਚੀ ਯਾਰ ਜਿੱਦਾਂ ਸਿੱਧੂ ਮੂਸੇਵਾਲੇ ਦੀ ਆਪਾਂ ਗੱਲ ਕਰਦੇ ਸੀ ਨਾ ਕਿ ਲੋਕ ਉਹਦੇ ਨਿਖਾਰੇ ਲੱਗਣ ਦਿੰਦੇ ਸੀ ਉਸੇ ਤਰੀਕੇ ਨਾਲ ਬਾਈ ਕਹਿੰਦਾ ਤੁਸੀਂ ਭਾਵੇਂ ਸ਼ੱਕ ਦੇ ਨਿਖਾਰੇ ਨਾ ਲੱਗਣ ਦਿਓ ਪਰ ਇੱਕ ਚੀਜ਼ ਆਹ ਜਿਹੜੀ ਗਾਣੇ 'ਤੇ ਗਾਵਾਂ ਕਿਉਂਕਿ ਜਿਨ੍ਹਾਂ ਦੇ ਅੰਦਰ ਟੈਲੈਂਟ ਹੈ ਨਾ ਜਿਨ੍ਹਾਂ ਦੇ ਅੰਦਰ ਕੁਆਲਿਟੀ ਹੈ ਗੁਣ ਹੈ ਅਤੇ ਸੱਚ ਜਾਣੇ ਉਹ ਫਿਰ ਇਸ ਤਰੀਕੇ ਦੇ ਨਾਲ ਫਿਜ਼ੀਕਲੀ ਕਿਸੇ ਨੂੰ ਜਾ ਕੇ ਨਹੀਂ ਰੋਕਦੇ ਫਿਜ਼ੀਕਲੀ ਕਿਸੇ ਦੇ ਨਾਲ ਲੜਾਈ ਝਗੜਾ ਨਹੀਂ ਕਰਦੇ ਉਹ ਕਲਮ ਦਾ ਜ਼ੋਰ ਹੁੰਦਾ ਹੈ ਉਹਨਾਂ ਦਾ ਅਤੇ ਸੱਚੀ ਯਾਰ ਬਾਈ ਨੂੰ ਸਲਿਊਟ ਹੈ ਅਤੇ ਇਹੋ ਜਿਹੀ ਅੱਜ ਕਹਿ ਲਈਏ ਜੋ ਸਿਧਾਂਤਾਂ ਦੀ ਗੱਲ ਕਰਦਾ ਬਾਈ ਯਾਰ ਇੱਕ ਤਰਕ ਦੇ ਨਾਲ ਅਤੇ ਠੋਕਵੇਂ ਜੋ ਸੱਚਾਈ ਰਿਐਲਿਟੀ ਲਿਖਦਾ ਬਾਈ ਯਾਰ ਅਤੇ ਤੁਸੀਂ ਦੇਖ ਹੀ ਲਿਆ ਬਾਈ ਦੇ ਸੌਂਗ ਜਿੰਨੇ ਵੀ ਆ ਰਹੇ ਨੇ ਨਾ ਇਸ ਕਰਕੇ ਮੈਂ ਇਹੀ ਕਹਿੰਦਾ ਹੁੰਦਾ ਕਿ ਯਾਰ ਜੇ ਕੋਈ ਥੱਲਿਓਂ ਉੱਠ ਕੇ ਉੱਪਰ ਵੱਲ ਨੂੰ ਵੱਧਦਾ ਹੈ ਨਾ ਉਹਦੀ ਸਪੋਰਟ ਕਰਿਆ ਕਰੋ ਨਾ ਕਿ ਯਾਰ ਉਹਦੇ ਨਾਲ ਹੇਟ ਕਰਿਆ ਕਰੋ ਹੁਣ ਕਈਆਂ ਨੇ ਮੰਨ ਲਓ ਕੱਲ੍ਹ ਨੂੰ ਗੋਪੀ ਬਾਈ ਤਕੜਾ ਰੈਪਰ ਬਣ ਜਾਵੇ ਸਟਾਰ ਬਣਦਾ ਹੈ ਅਤੇ ਕਈਆਂ ਨੇ ਇਹੀ ਸਿਰਫ ਇਹ ਦੇਖਣਾ ਹੈ ਰੈਪਰ ਸਟਾਰ ਕੀ ਇਹਦੀ ਤਰੱਕੀ ਹੋ ਗਈ ਬੱਲੇ ਬੱਲੇ ਹੋ ਗਈ ਪਰ ਉਹਦੀ ਮਿਹਨਤ ਉਹਦੀ ਸਟਰਗਲ ਉਹ ਚੀਜ਼ਾਂ ਨਹੀਂ ਕਈਆਂ ਨੇ ਦੇਖਣੀਆਂ ਕਿੱਥੋਂ ਬਾਈ ਉੱਠ ਕੇ ਕਿੱਥੇ ਬਣਿਆ ਇਸੇ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਉਹਦੀਆਂ ਤਰੱਕੀਆਂ ਫੇਮ ਦੇਖ ਲਈ ਪਰ ਉਹ ਕਿੱਥੋਂ ਕਿਸ ਲੈਵਲ ਤੋਂ ਉੱਠਿਆ ਕਿੰਨਿਆਂ ਨੇ ਮਿਹਣੇ ਝਗੜੇ ਕਹਿ ਲਈਏ ਕਿੰਨਿਆਂ ਦੀ ਹੇਠ ਝੱਲਣੀ ਪਈ ਹੋਊਗੀ ਉਹਨੂੰ ਪਰ ਪਰਵਾਹ ਨਹੀਂ ਕਰਦੇ ਹੁੰਦੇ ਜਿਹੜੇ ਚੱਲਣ ਵਾਲੇ ਹੁੰਦੇ ਨੇ ਸੋ ਹਾਥੀ ਆਪਣੀ ਚਾਲ ਚੱਲਦਾ ਰਹਿੰਦਾ ਹੈ ਅਤੇ ਕੁੱਤੇ ਭੌਂਕਦੇ ਰਹਿੰਦੇ ਨੇ ਸੋ ਆਪ ਜੀ ਦੱਸਣਾ ਕਹਿੰਦਾ ਆਪ ਜੀ ਨੂੰ ਸੌਂਗ ਕਿਵੇਂ ਦਾ ਲੱਗਾ ਆਪ ਜੀ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੇ ਹੋ ਤੱਕ ਲਈ ਸਤਿ ਸ਼੍ਰੀ ਅਕਾਲ ਬਾਏ ਬਾਏ।